ਤੁਸੀਂ ਦੇਖ ਸਕਦੇ ਹੋ ਵੀ ਸਾਨੂੰ ਥੱਲੇ ਜਾਣ ਵਾਸਤੇ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਪਿੰਡ ਸੁਲਤਾਨਮਿੰਟ ਦੀਆਂ ਅਤੇ ਲੱਖਾ ਸਿੰਘ ਪਲਾਟਾਂ ਦੀਆਂ, ਉਸ ਪਰਿਵਾਰ ਦੀਆਂ। ਜੋਤੀ ਨਾਂ ਹੈ ਇਸ ਧੀ ਦਾ, ਪਰ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਘਰ ਆ ਇਹ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ, ਨਾ ਤਾਂ ਇੱਥੇ ਕੋਈ ਕਲੀ ਹੋਈ ਆ, ਨਾ ਹੀ ਵਿਆਹ ਵਾਲੀ ਘਰ ਦੀ ਕੋਈ ਤਿਆਰੀਆਂ ਨੇ। ਇਹ ਜਿਹੜੀਆਂ ਮਾਵਾਂ ਧੀਆਂ ਨੇ ਹੱਥ ਵਿੱਚ ਵਿਆਹ ਵਾਲਾ ਕਾਰਡ ਫੜ ਕੇ ਤੁਹਾਡੇ ਗਾੜੀ ਅਪੀਲ ਕਰ ਰਹੀ ਆ ਵੀ ਇਸ ਧੀ ਦੇ ਆਨੰਦ ਕਾਰਜ ਵਾਸਤੇ ਮਦਦ ਕੀਤੀ ਜਾਵੇ। ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਆ, ਵਿਆਹ ਵਾਲਾ ਘਰ ਲੱਗਦਾ ਹੀ ਨਹੀਂ ਆ, ਕਿਉਂਕਿ ਨਾ ਤਾਂ ਪਹੁੰਚੇ ਨਾਨਕੇ ਅਤੇ ਨਾ ਹੀ ਪਹੁੰਚੇ ਨੇ ਦਾਦਕੇ। ਸੋ ਕੁਲਵੰਤ ਕੌਰ ਜੀ, ਤੁਸੀਂ ਮਾਤਾ ਜੀ ਜੋਤੀ ਦੇ 16 ਨੂੰ ਵਿਆਹ ਰੱਖਿਆ ਵਾ, 4 ਦਿਨ ਰਹਿ ਗਏ ਨੇ, ਅਤੇ ਮਾਂ ਦੇ ਮਨ ਵਿੱਚ ਬਹੁਤ ਰੀਝਾਂ ਹੁੰਦੀਆਂ ਨੇ ਧੀ ਦੇ ਵਿਆਹ ਨੂੰ ਲੈ ਕੇ, ਕੀ ਰੀਝਾਂ ਨੇ ਜਿਹੜੀਆਂ ਤੁਹਾਡੇ ਮਨ ਵਿੱਚ ਵੀ ਧੀ ਦਾ ਵਿਆਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਭਾਅ ਜੀ, ਕਿਸੇ ਨੇ ਨਹੀਂ ਸਾਡੀ ਬਾਂਹ ਫੜੀ ਵੀ, ਹਾਂ ਅਸੀਂ ਇਹੋ NRI ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਚਲੋ, ਉਹਨਾਂ ਨੂੰ ਚਾਹ ਨਹੀਂ ਵੀ ਉਹਨਾਂ ਨੂੰ ਇਹੋ ਵੀ ਇਹ ਤਾਂ ਆਪਣੇ ਘਰ ਰੋਟੀ ਖਾ ਸਕਦੇ ਅਤੇ ਇਹਨਾਂ ਦੇ ਘਰ 'ਤੇ ਕੋਈ ਸੌਦਾ ਪੱਤਾ ਨਹੀਂ, ਅਤੇ ਅਸੀਂ ਜਾ ਕੇ ਕੀ ਖਾਣਾ ਵਾ, ਇਹਨਾਂ ਦੇ ਉਹ ਤਾਂ ਨਹੀਂ ਪਹੁੰਚੇ। ਉਹਨਾਂ ਨੂੰ ਇਹ ਅਸੀਂ ਫੀਲ ਕਰਦੇ ਹਾਂ ਵੀ ਚਲੋ ਸਾਡੀ ਬੇਟੀ ਦਾ ਵਧੀਆ ਵਿਆਹ ਹੋ ਜੇ। ਹਾਂਜੀ, ਅਤੇ ਮੇਰੇ ਪਤੀ ਦੇ ਤਾਂ ਬਹੁਤ ਹਾਲਾਤ ਮਾੜੇ, ਤੁਹਾਨੂੰ ਪਤਾ ਹੀ। ਹਾਂਜੀ, ਅਸੀਂ ਇਹ ਫੀਲ ਕਰਦੇ ਵੀ ਸਾਡੇ ਵਧੀਆ ਤੋਂ ਵਧੀਆ ਬੇਟੀ ਦਾ ਵਿਆਹ। ਬਹੁਤ ਮਨ 'ਚ ਰੀਝਾਂ ਹੁੰਦੀਆਂ ਨੇ ਵੀ ਜਵਾਈ ਭਾਈ ਘਰੇ ਆਊਗਾ, ਉਸਦੀ ਸੇਵਾ ਪਾਣੀ ਕੀਤੀ ਜਾਊਗੀ, ਤੁਹਾਡੇ ਮਨ 'ਚ ਤਾਂ ਰੀਝਾਂ ਹੈਗੀਆਂ? ਹਾਂਜੀ, ਰੀਝਾਂ ਬਥੇਰੀਆਂ, ਪਰ ਰੀਝਾਂ ਰਹੀਆਂ ਹੀ ਨਹੀਂ ਮਨ 'ਚ, ਤਾਂ ਰੀਝਾਂ ਬਥੇਰੀਆਂ ਵੀ ਅਸੀਂ ਆਪਣੀ ਬੇਟੀ ਦਾ ਵਧੀਆ ਵਿਆਹ ਕਰਾਂਗੇ, ਚਲੋ ਸਾਡਾ ਜਵਾਈ ਵੀ ਆਊਗਾ, ਅਸੀਂ ਉਹਨੂੰ ਵੀ ਵਧੀਆ ਇੱਜ਼ਤ ਕਰਾਂਗੇ, ਅਤੇ ਚਲੋ ਅਸੀਂ ਕਰਨ ਯੋਗ ਹੀ ਨਹੀਂ ਰਹੇ, ਤਾਂ ਅਸੀਂ ਕੀ ਕਰਨੀ ਆ। ਘਰ ਦੇ ਹਾਲਾਤ ਇਹੋ ਜਿਹੇ ਆ ਕਿ ਕੋਈ ਆਉਣ ਹੀ ਨਹੀਂ ਦਿਆ, ਕੋਈ ਨਹੀਂ ਬਾਂਹ ਫੜਦਾ, ਕੋਈ ਨਹੀਂ ਮਦਦ ਕਰਦਾ ਸਾਡੀ। ਬਰਾਤ ਉਹ ਕਹਿੰਦੇ ਲੈ ਕੇ ਆਉਣੀ, ਅਤੇ ਇਹਨਾਂ ਕੋਲ ਨਾ ਕੋਈ ਬਰਾਤ ਲਈ ਚਾਹ ਪਾਣੀ, ਕੋਈ ਰੋਟੀ ਮੈਂ ਕੁਛ ਪ੍ਰਬੰਧ ਨਹੀਂ ਹੈਗਾ, ਇਹਨਾਂ ਦੇ ਜੋ ਹਾਲਾਤ ਆ ਤੁਸੀਂ ਖੁਦ ਦੇਖ ਰਹੇ ਹੋ। ਮਿਸਿਜ ਆ ਇਹ ਘਰਾਂ ਦਾ ਕੰਮ ਕਰਕੇ ਅਤੇ ਘਰ ਦਾ ਗੁਜ਼ਾਰਾ ਕਰਦੀ ਆ, ਅਤੇ ਕਿਸੇ ਵੇਲੇ ਤਾਂ ਇਹਨਾਂ ਕੋਲ ਰੋਟੀ ਲਈ ਸਬਜ਼ੀ ਵੀ ਨਹੀਂ ਹੁੰਦੀ। ਜਿਹੜਾ ਅਸੀਂ ਜਿਸ ਕਮਰੇ 'ਚ ਬੈਠੇ ਹਾਂ 10x10 ਦਾ ਕਮਰਾ ਹੈ, ਅਤੇ ਜਿਹੜਾ ਸੜਕ ਦੇ ਨਾਲੋਂ ਸਿਰਫ 10 ਫੁੱਟ ਨੀਵਾਂ ਹੋ ਗਿਆ, ਇੰਨੀ ਗਰੀਬੀ ਦੇ ਕਿਉਂ ਹਾਲਾਤ ਮਾੜੇ ਨੇ, ਇੰਨੇ ਸ਼ੁਰੂ ਤੋਂ ਹਾਲਾਤ ਮਾੜੇ ਕਿ ਜਾਂ ਹੁਣ ਹੋਏ ਨੇ? ਤਿਆਰੀਆਂ ਤੁਸੀਂ ਕਹਿਣਾ, ਭੈਣ ਭਰਾਵਾਂ ਨੇ ਕਰਨਾ, ਸਾਰਿਆਂ ਨੇ, ਸੰਗਤ ਨੇ ਕਰਨਾ, ਸੰਗਤ ਦੇ ਨਾਲ ਹੀ ਚਲਾਂਗੇ, ਫੇਰ ਕਰਾਂਗੇ, ਜਿੰਨੇ ਚੰਗੇ ਸਾਡੀ ਮਤ ਕਰੋ, ਜਿੰਨੇ ਯੋਗੇ ਹੋ ਗਏ। ਠੀਕ ਆ ਦੋਸਤੋ, ਮੈਂ ਹੈ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ, ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਪਿੰਡ ਸੁਲਤਾਨਮਿੰਟ ਦੀਆਂ
ਅਤੇ ਲੱਖਾ ਸਿੰਘ ਪਲਾਟਾਂ ਦੀਆਂ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਵਿੱਚ ਇਸ ਧੀ ਦਾ ਜਿਹੜਾ ਆਨੰਦ ਕਾਰਜ ਆ 16 ਜੂਨ 4 ਦਿਨ ਰਹਿ ਗਏ ਨੇ। ਜੋਤੀ ਨਾਂ ਹੈ ਇਸ ਧੀ ਦਾ, ਪਰ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਘਰ ਆ ਇਹ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ, ਨਾ ਤਾਂ ਇੱਥੇ ਕੋਈ ਕਲੀ ਹੋਈ ਆ, ਨਾ ਹੀ ਵਿਆਹ ਵਾਲੀਆਂ ਘਰ ਦੀ ਕੋਈ ਤਿਆਰੀਆਂ ਨੇ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਹਾਲਾਤ ਨੇ ਘਰ ਦੇ, ਜਿੱਥੇ ਕਿ ਘਰ 'ਚ ਅੱਤ ਦੀ ਗਰੀਬੀ ਆ ਅਤੇ ਇਹ ਜਿਹੜਾ ਪਰਿਵਾਰ ਆ ਕਿਹੜੇ ਹਾਲਾਤਾਂ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ 4 ਦਿਨ ਰਹਿ ਗਏ ਨੇ ਇਸ ਧੀ ਦੇ ਆਨੰਦ ਕਾਰਜ ਨੂੰ। 16 ਜੂਨ ਨੂੰ ਵਿਆਹ ਵਾ, ਇੱਕੋ ਕਮਰਾ ਵਾ 10x10 ਦਾ, ਜਿਸ ਕਮਰੇ ਵਿੱਚ 3 ਜਿਹੜੇ ਜੀ ਰਹਿੰਦੇ ਨੇ, ਮਾਤਾ ਪਿਤਾ ਅਤੇ ਨਾਲ ਉਹਨਾਂ ਦੀ ਜਿਹੜੀ ਆ ਧੀ ਜੋਤੀ। ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਕਮਰਾ ਕਿੰਨਾ ਜਿਹੜਾ ਨੀਵਾਂ ਵਾ, ਬਾਹਰੋਂ ਸੜਕ ਨਾਲੋਂ 10 ਫੁੱਟ ਥੱਲੇ ਕਮਰਾ ਜਿਹੜਾ ਵਾ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ, ਮੈਂ ਬਿਲਕੁਲ ਥੱਲੇ ਜਾ ਕੇ ਤੁਹਾਨੂੰ ਦਿਖਾਊਂਗਾ ਦਰਸ਼ਕਾਂ ਨੂੰ ਕਿਹੜੇ ਹਾਲਾਤਾਂ 'ਚ ਅੱਜ ਵੀ ਇਹ ਪਰਿਵਾਰ ਜਿਹੜਾ ਰਹਿ ਰਿਹਾ ਵਾ। ਤੁਸੀਂ ਦੇਖ ਸਕਦੇ ਹੋ ਵੀ ਸਾਨੂੰ ਥੱਲੇ ਜਾ ਵਾਸਤੇ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ। ਇਹ ਹਾਲਾਤ ਨੇ ਪਰਿਵਾਰ ਦੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ 10x10 ਦਾ ਕਮਰਾ ਹੈ ਅਤੇ ਬਾਹਰੋਂ ਸੜਕ ਨਾਲੋਂ 10 ਫੁੱਟ ਨੀਵਾਂ ਜਿਹੜਾ ਕਮਰਾ ਵਿੱਚ ਇਹ ਜਿਹੜੇ ਜੀ ਰਹਿੰਦੇ ਨੇ ਘਰ ਦੇ 3 ਜੀ, ਜੋਤੀ ਨਾਂ ਹੈ ਧੀ ਦਾ, 16 ਜੂਨ ਨੂੰ ਵਿਆਹ ਵਾ ਆਨੰਦ ਕਾਰਜ ਰੱਖਿਆ, 4 ਦਿਨ ਵਿਆਹ ਰਹਿ ਗਏ ਨੇ, ਪਰ ਘਰ ਵਿੱਚ ਕੋਈ ਤਿਆਰੀ ਨਹੀਂ ਆ, ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਨਹੀਂ ਆਇਆ। ਅੱਜ ਵੀ ਜਿਹੜਾ ਇਹ ਪਰਿਵਾਰ ਆ ਗਰੀਬੀ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਮਾਵਾਂ ਧੀਆਂ ਨੇ ਹੱਥ ਵਿੱਚ ਵਿਆਹ ਵਾਲਾ ਕਾਰਡ ਫੜ ਕੇ ਤੁਹਾਡੇ ਗਾੜੀ ਅਪੀਲ ਕਰ ਰਹੀ ਆ ਵੀ ਇਸ ਧੀ ਦੇ ਆਨੰਦ ਕਾਰਜ ਵਾਸਤੇ ਮਦਦ ਕੀਤੀ ਜਾਵੇ ਤਾਂ ਜੋ ਕਿ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ। ਤੁਸੀਂ ਦੇਖ ਸਕਦੇ ਹੋ ਕਿਹੜੇ ਹਾਲਾਤਾਂ ਵਿੱਚ ਇਹ ਪਰਿਵਾਰ ਰਹਿ ਰਿਹਾ, ਛੱਤ ਜਿਹੜੀ ਬਿਲਕੁਲ ਸਿਰ ਨੂੰ ਲੱਗ ਰਹੀ ਆ ਅਤੇ ਸਾਡਾ ਹੱਥ ਵੀ ਜਿਹੜਾ ਇਸ ਬਾਲਿਆਂ ਦੇ ਨਾਲ ਗਾਢੇ ਦੇਣ ਲੱਗ ਰਿਹਾ ਅਤੇ ਪਿਛਲੇ ਕਈ ਸਾਲਾਂ ਤੋਂ ਇਸੇ ਹਾਲਾਤਾਂ ਵਿੱਚ ਰਹਿ ਰਿਹਾ ਪਰਿਵਾਰ। ਗੱਲਬਾਤ ਵੀ ਜ਼ਰੂਰ ਕਰਾਂਗੇ ਇਸ ਧੀ ਦੇ ਨਾਲ, ਇਸ ਪਰਿਵਾਰ ਦੇ ਨਾਲ ਪੁੱਛਾਂਗੇ ਇਸ ਪਰਿਵਾਰ ਦੇ ਹਾਲਾਤ ਬਾਰੇ ਵੀ ਕਿੰਨੇ ਸਮੇਂ ਤੋਂ ਰਹਿ ਰਹੇ ਨੇ, ਇਸ ਭਲਾ ਜ਼ਿੰਦਗੀ ਬਤੀਤ ਕਰ ਰਹੇ ਨੇ। ਆਓ ਗੱਲਬਾਤ ਕਰਦੇ ਹਾਂ ਇਸ ਪਰਿਵਾਰ ਦੇ ਮੈਂਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਸੁਲਤਾਨ ਪਿੰਡ ਲੱਖਾ ਸਿੰਘ ਪਲਾਟਾਂ ਦੇ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੇ ਵਿੱਚ ਧੀ ਦਾ ਆਨੰਦ ਕਾਰਜ ਰੱਖਿਆ ਵਾ 16 ਜੂਨ ਨੂੰ, 4 ਦਿਨ ਰਹਿ ਗਏ ਨੇ, ਪਰ ਘਰ ਦੇ ਹਾਲਾਤ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ ਨੇ। ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਆ, ਵਿਆਹ ਵਾਲਾ ਘਰ ਲੱਗਦਾ ਹੀ ਨਹੀਂ ਆ ਕਿਉਂਕਿ ਨਾ ਤਾਂ ਪਹੁੰਚੇ ਨਾਨਕੇ ਅਤੇ ਨਾ ਹੀ ਪਹੁੰਚੇ ਨੇ ਦਾਦਕੇ, ਸਿਰਫ ਪਿਓ ਧੀ ਅਤੇ ਉਹਨਾਂ ਦੀ ਜਿਹੜੀ ਧਰਮ ਪਤਨੀ, ਇਹ 3 ਜਿਹੜੇ ਜੀ ਨੇ ਘਰ ਦੇ, ਇਹੋ ਘਰ ਦੇ ਜਿਹੜੇ 3 ਜੀ ਨੇ ਅਤੇ ਅੱਖਾਂ ਜਿਹੜੀਆਂ ਨੇ ਬਾਹਰ ਗੇਟ ਵੱਲ ਆਈਆਂ ਨੇ, ਕਦੋਂ ਕੋਈ ਰਿਸ਼ਤੇਦਾਰ ਕਦੋਂ ਕੋਈ ਭੈਣ ਭਰਾ ਆ ਗਈ। ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਦੇ ਨਾਲ ਕੁਲਵੰਤ ਕੌਰ ਨਾਲ। ਕੁਲਵੰਤ ਕੌਰ ਜੀ, ਵਿਆਹ ਰੱਖਿਆ ਵਾ 16 ਜੂਨ ਨੂੰ ਧੀ ਦਾ, 4 ਦਿਨ ਰਹਿ ਗਏ ਨੇ, ਹਜੇ ਤੱਕ ਕੋਈ ਤਿਆਰੀ ਨਹੀਂ ਕੀਤੀ, ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ, ਕੋਈ ਨਾਨਕੇ ਨਹੀਂ ਪਹੁੰਚੇ, ਕੋਈ ਦਾਦਕੇ ਨਹੀਂ ਪਹੁੰਚੇ, ਕੀ ਕਹਿਣਾ ਚਾਹੋਗੇ? ਇਹੋ ਚਾਹੁੰਦੇ ਹਾਂ ਭਰਾਵਾਂ, NRI ਭਰਾਵਾਂ ਨੂੰ ਵੀ ਸਾਡੀ ਮਦਦ ਕੀਤੀ ਜਾਵੇ, ਮੇਰੀ ਬੇਟੀ ਦਾ ਵਧੀਆ ਵਿਆਹ ਹੋ ਜੇ, ਧੂਮ ਧਾਮ ਨਾਲ ਵਿਆਹ ਹੋਵੇ। ਅਤੇ ਚਲੋ NRI ਭਰਾਵਾਂ ਨੂੰ ਇਹੋ ਕਹਿੰਦੇ ਹਾਂ ਵੀ ਚਲੋ ਉਹਨਾਂ ਨੂੰ ਸੋਭਾ ਮਿਲੇ। ਹਾਂ, ਇਹੋ ਘਰ 'ਚ ਗਰੀਬੀ ਕਿਉਂ ਆ, ਘਰ ਦੇ ਹਾਲਾਤ ਕਿਉਂ ਮਾੜੇ ਨੇ? ਅਸੀਂ ਦੇਖਿਆ ਵੀ ਜਿਹੜਾ ਇਹ ਕਮਰਾ ਵਾ 10x10 ਦਾ ਕਮਰਾ ਆ ਅਤੇ 3 ਜੀ ਤੁਸੀਂ ਕਮਰੇ 'ਚ ਰਹਿੰਦੇ ਹੋ, ਠੀਕ ਆ, ਅਤੇ ਜਿਹੜਾ ਕਮਰਾ ਬਾਹਰ ਸੜਕ ਦੇ ਨਾਲੋਂ 10 ਫੁੱਟ ਨੀਵਾਂ ਡੂੰਘਾ ਕਮਰਾ ਵਾ, ਜਦੋਂ ਕਦੇ ਬਰਸਾਤ ਆ ਜਾਂਦੀ ਆ ਉਦੋਂ ਕੀ ਹਾਲਾਤ ਹੁੰਦੇ ਨੇ ਘਰ ਦੇ? ਅਸੀਂ ਪਾਣੀ ਝੱਟ ਦੇ ਜੋ, ਪਾਣੀ ਝੱਟ ਝੱਟ ਕੇ ਬਾਹਰ ਸੁੱਟੀ ਦਾ ਵੀ ਚੱਲ ਸਾਡੀ ਚੀਜ਼ਾਂ ਨਾ ਖਰਾਬ, ਬੈੱਡ ਨਾ ਖਰਾਬ ਹੋ ਜਾਣ, ਵੀ ਤੁਹਾਨੂੰ ਪਤਾ ਕਿੱਡੀ ਮੁਸ਼ਕਲ ਲੈ ਜਾਂਦੇ ਆ। ਅਸੀਂ ਇਹੋ ਚਾਹੁੰਦੇ ਹਾਂ ਨਾਰਾਇਣ ਭੈਣ ਭਰਾਵਾਂ ਨੂੰ ਵੀ ਸਾਡੀ ਮਦਦ ਕੀਤੀ ਜਾਵੇ,
ਤੇ ਵੱਧ ਤੋਂ ਵੱਧ ਕੀਤੀ ਜਾਵੇ ਵੀ ਤੇ ਮੇਰੀ ਬੇਟੀ ਦਾ ਧੂਮਧਾਮ ਨਾਲ ਵਿਆਹ ਹੋਵੇ। ਮਨੀਸ਼ ਸਿੰਘ ਕੁਲਵੰਤ ਕੌਰ ਜੀ, ਤੁਸੀਂ ਮਾਤਾ ਜੀ ਜੋਤੀ ਦੇ 16 ਨੂੰ ਵਿਆਹ ਰੱਖਿਆ ਵਾ, 4 ਦਿਨ ਰਹਿ ਗਏ ਨੇ ਅਤੇ ਮਾਂ ਦੇ ਮਨ ਵਿੱਚ ਬਹੁਤ ਰੀਝਾਂ ਹੁੰਦੀਆਂ ਨੇ ਧੀ ਦੇ ਵਿਆਹ ਨੂੰ ਲੈ ਕੇ, ਕੀ ਰੀਝਾਂ ਨੇ ਜਿਹੜੀਆਂ ਤੁਹਾਡੇ ਮਨ ਵਿੱਚ ਵੀ ਧੀ ਦਾ ਵਿਆਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਭਾਅ ਜੀ, ਸਾਡੇ ਘਰ ਕੋਈ ਸੌਦਾ ਨਹੀਂ ਜੋ, ਕੋਈ ਸੌਦਾ ਨਹੀਂ ਜੋ ਅਸੀਂ ਇਹੋ ਚਾਹੁੰਦੇ ਹਾਂ ਨਾਰਾਈਆਂ ਵੀਰਾਂ ਨੂੰ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਹਾਂਜੀ ਹਾਂਜੀ, ਅਸੀਂ ਇਹੋ ਚਾਹੁੰਦੇ ਹਾਂ। ਅਤੇ ਮੈਨੂੰ ਦੱਸੋ ਵੀ ਤੁਹਾਡੇ ਵੱਲੋਂ ਕੀ ਖਰੀਦਦਾਰੀ ਕੀਤੀ ਗਈ ਹੈ? ਮੈਂ ਦਰਸ਼ਕਾਂ ਨੂੰ ਸਾਂਝਾ ਕਰਦਾ, ਇਹ ਜਿਹੜੀ ਮੇਰੇ ਗਾੜੀ ਇੱਕ ਪੰਡ ਪਈ ਆ, ਇਸ ਵਿੱਚ ਦੋ ਸੂਟ ਨੇ ਇਸ ਧੀ ਦੇ ਵਿਆਹ ਵਾਸਤੇ, ਇੱਕ ਮੇਕਅਪ ਦੀ ਕਿੱਟ ਆ ਅਤੇ ਇੱਕ ਇਸ ਦੇ ਪਾਉਣ ਵਾਲੀ ਜੁੱਤੀ ਆ। ਅਤੇ ਮੈਨੂੰ ਦੱਸੋ ਵੀ ਹੋਰ ਬਹੁਤ ਰੀਝਾਂ ਹੁੰਦੀਆਂ ਨੇ, ਹੋਰ ਬੜੇ ਚਾਅ ਹੁੰਦੇ ਨੇ, ਬੜੇ ਸੂਟ ਹੁੰਦੇ ਨੇ ਨੌਗਿਆਂ ਦੇ, ਕੋਈ ਭੈਣ ਭਰਾ ਦੇ ਲੈਣ ਦੇਣ ਦੇ ਸੂਟ ਹੁੰਦੇ ਨੇ, ਪਰ ਕਿਸੇ ਕਰਨ ਦੀ ਕੋਈ ਤਿਆਰੀ ਨਹੀਂ ਆ। ਤੁਸੀਂ ਦੇਖ ਸਕਦੇ ਹੋ ਵਿਆਹ ਵਾਲਾ ਜਿਹੜਾ ਘਰ ਆ, ਦੂਰੋਂ ਹੀ ਪਛਾਣਿਆ ਜਾਂਦਾ ਵੀ ਇਹ ਵਿਆਹ ਵਾਲਾ ਘਰ ਆ, ਨਾ ਤਾਂ ਇੱਥੇ ਹਲਵਾਈ ਪਹੁੰਚੇ ਨੇ ਅੱਜ ਤੱਕ, ਅਤੇ ਨਾ ਹੀ ਇੱਥੇ ਕੋਈ ਲੜੀਆਂ ਦਾ ਅਰੇਂਜਮੈਂਟ ਆ, ਨਾ ਹੀ ਇੱਥੇ ਕੋਈ ਕਲੀ ਕੀਤੀ ਗਈ ਆ। ਸਿਰਫ ਇਸ ਪਰਿਵਾਰ ਵਿੱਚ ਇਹ ਤਿੰਨੇ ਜਿਹੜੇ ਘਰ ਦੇ ਜੀ ਨੇ, ਇਹ ਕੰਧਾਂ ਵੱਲ ਦੇਖ ਰਹੇ ਨੇ ਕਦੋਂ ਕੋਈ ਰਿਸ਼ਤੇਦਾਰ ਭੈਣ ਭਰਾ ਆਵੇ, ਬਹੁਤ ਉਦਾਸੀ ਹੈ ਇਸ ਪਰਿਵਾਰ ਦੇ ਵਿੱਚ। ਅਤੇ ਮੈਨੂੰ ਦੱਸੋ ਕੋਈ ਨਾਨਕੇ ਦਾਦਕੇ ਕੋਈ ਨਹੀਂ ਰਿਸ਼ਤੇਦਾਰ ਪਹੁੰਚਿਆ ਅੱਜ ਤੱਕ? ਨਹੀਂ ਭਾਅ ਜੀ, ਕਿਸੇ ਨੇ ਨਹੀਂ ਸਾਡੀ ਬਾਂਹ ਫੜੀ ਵੀ। ਹਾਂ, ਅਸੀਂ ਇਹੋ ਐਨਾ ਰਾਹੀਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਚਲੋ ਪਹੁੰਚਿਆ ਕਿਉਂ ਨਹੀਂ? ਕੋਈ ਨਾ ਕੋਈ ਚਾਚੇ ਨਹੀਂ ਆਏ, ਕੋਈ ਮਾਮੇ ਨਹੀਂ ਆਏ, ਕੋਈ ਮਾਮੀ ਨਹੀਂ ਆਈਆਂ, ਸਾਰਿਆਂ ਨੂੰ ਚਾਹ ਹੁੰਦਾ ਵਾ, ਕੀ ਗੱਲ ਚਾਹ ਨਹੀਂ ਕਿਸੇ ਨੂੰ? ਉਹਨਾਂ ਨੂੰ ਚਾਹ ਹੀ ਨਹੀਂ, ਵੀ ਉਹਨਾਂ ਨੂੰ ਇਹੋ ਵੀ ਇਹ ਤਾਂ ਆਪਣੇ ਘਰ ਰੋਟੀ ਖਾ ਸਕਦੇ ਅਤੇ ਇਹਨਾਂ ਦੇ ਘਰ 'ਤੇ ਕੋਈ ਸੌਦਾ ਪੱਤਾ ਨਹੀਂ, ਅਤੇ ਅਸੀਂ ਜਾ ਕੇ ਕੀ ਖਾਣਾ ਵਾ? ਇਹਨਾਂ ਦੇ ਉਹ ਤਾਂ ਨਹੀਂ ਪਹੁੰਚੇ, ਤਾਂ ਹੀ ਨਹੀਂ ਪਹੁੰਚੇ ਉਹ। ਹਾਂਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਇਹਦਾ ਕਹਿਣਾ ਵੀ ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ, ਕੋਈ ਮਾਮੇ ਨਹੀਂ ਪਹੁੰਚੇ, ਕੋਈ ਨਾਨਕੇ ਕੋਈ ਦਾਦਕੇ ਨਹੀਂ ਪਹੁੰਚੇ, ਵੀ ਉਹਨਾਂ ਦਾ ਇਹੋ ਕਹਿਣਾ ਵੀ ਸ਼ਾਇਦ ਉਹਨਾਂ ਦਾ ਰਿਸ਼ਤੇਦਾਰ ਵੀ ਇਹਨਾਂ ਨੂੰ ਕੀ ਮਦਦ ਕਰਾਂਗੇ, ਕਿਉਂਕਿ ਘਰ 'ਚ ਗਰੀਬੀ ਬਹੁਤ ਆ ਅਤੇ ਗਰੀਬੀ ਦੇ ਕਰਕੇ ਕੋਈ ਵਿਆਹ ਵਾਲਾ ਘਰ ਵਿੱਚ ਕੋਈ ਨਹੀਂ ਪਹੁੰਚਿਆ। ਅਤੇ ਮੈਨੂੰ ਇਹ ਦੱਸੋ, ਦਰਸ਼ਕਾਂ ਨੂੰ ਮੈਂ ਜ਼ਰੂਰ ਸਾਂਝਾ ਕਰਦਾ ਵੀ ਇਹ ਜਿਹੜਾ ਵਿਆਹ ਵਾਲਾ ਕਾਰਡ ਆ, ਇਹ ਜਿਹੜੀ ਮਾਂ ਕੁਲਵੰਤ ਕੌਰ ਆਪਣੇ ਧੀ ਦਾ ਵਿਆਹ ਵਾਲਾ ਕਾਰਡ ਹੱਥ ਤੁਹਾਡੇ ਵਿੱਚ ਫੜ ਕੇ ਜਿਹੜੀ ਦਿਖਾ ਰਹੀ ਆ ਵੀ 16 ਜੂਨ ਨੂੰ ਇਸ ਧੀ ਦਾ ਜਿਹੜਾ ਵਿਆਹ ਵਾ, ਜੋਤੀ ਨਾਂ ਹੈ ਇਸਦਾ, ਅਤੇ ਤੁਹਾਡੀ ਗਾੜੀ ਅਰਜ ਕਰ ਰਹੀ ਹੈ, ਬੇਨਤੀ ਕਰ ਰਹੀ ਹੈ ਵੀ ਇਸ ਧੀ ਦਾ ਆਨੰਦ ਕਾਰਜ ਵਾਸਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਹੁਣ ਅਪੀਲ ਕੀ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਜਿਹੜੇ ਦਰਸ਼ਕ ਬੈਠੇ ਦੇਸ਼ਾਂ ਦੇਸ਼ਾਂ, ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹ ਅਸੀਂ ਫੀਲ ਕਰਦੇ ਹਾਂ ਵੀ ਚਲੋ ਸਾਡੀ ਬੇਟੀ ਦਾ ਵਧੀਆ ਵਿਆਹ ਹੋ ਜੇ। ਹਾਂਜੀ, ਅਤੇ ਮੇਰੇ ਪਤੀ ਦੇ ਬਹੁਤ ਹਾਲਾਤ ਮਾੜੇ, ਤੁਹਾਨੂੰ ਪਤਾ ਹੀ। ਹਾਂਜੀ, ਅਸੀਂ ਇਹ ਫੀਲ ਕਰਦੇ ਵੀ ਸਾਡੇ ਵਧੀਆ ਤੋਂ ਵਧੀਆ ਬੇਟੀ ਦਾ ਵਿਆਹ। ਕੁਲਵੰਤ ਕੌਰ ਜੀ, ਜਦੋਂ ਧੀ ਹੁੰਦੀ ਆ ਅਤੇ ਮਾਂ ਦੇ ਕਹਿ ਲਓ ਵੀ ਮਨ 'ਚ ਰੀਝਾਂ ਹੋ ਜਾਂਦੀਆਂ ਨੇ ਵੀ ਧੀ ਨੂੰ ਪਾਲ ਪੋਸ ਕੇ ਵੱਡਿਆਂ ਕਰਨਾ, ਉਸਦਾ ਵਧੀਆ ਵਿਆਹ ਕਰਾਂਗੇ, ਵਧੀਆ ਪਰਿਵਾਰ ਲੱਭਾਂਗੇ, ਅਤੇ ਬਹੁਤ ਮਨ 'ਚ ਰੀਝਾਂ ਹੁੰਦੀਆਂ ਨੇ ਵੀ ਜਵਾਈ ਭਾਈ ਘਰ ਆਊਗਾ, ਉਸਦੀ ਸੇਵਾ ਪਾਣੀ ਕੀਤੀ ਜਾਊਗੀ, ਤੁਹਾਡੇ ਮਨ 'ਚ ਤਾਂ ਰੀਝਾਂ ਹੈਗੀਆਂ? ਹਾਂਜੀ, ਰੀਝਾਂ ਬਥੇਰੀਆਂ, ਪਰ ਰੀਝਾਂ ਰਹੀਆਂ ਹੀ ਨਹੀਂ ਮਨ 'ਚ ਤਾਂ। ਹਾਂਜੀ, ਰੀਝਾਂ ਬਥੇਰੀਆਂ ਵੀ ਅਸੀਂ ਆਪਣੀ ਬੇਟੀ ਦਾ ਵਧੀਆ ਵਿਆਹ ਕਰਾਂਗੇ, ਚਲੋ ਸਾਡਾ ਜਵਾਈ ਵੀ ਆਊਗਾ, ਅਸੀਂ ਉਹਨੂੰ ਵੀ ਵਧੀਆ ਇੱਜ਼ਤ ਕਰਾਂਗੇ, ਅਤੇ ਚਲੋ ਅਸੀਂ ਕਰਨ ਯੋਗ ਹੀ ਨਹੀਂ ਰਹੇ ਤਾਂ ਅਸੀਂ ਕੀ ਕਰਨੀ ਆ। ਹਾਂਜੀ, ਅਸੀਂ ਇਹੋ ਐਨਆਰਆਈਆਂ ਵੀਰਾਂ ਨੂੰ ਫੀਲ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਸੀ ਕੁਲਵੰਤ ਕੌਰ ਜਿਹੜੀ ਕਿ ਜੋਤੀ ਦੀ ਮਾਤਾ ਜੀ ਆ, ਲੋਕਾਂ ਦੇ ਘਰਾਂ ਵਿੱਚ ਇਹ ਮਿਹਨਤ ਮਜ਼ਦੂਰੀ ਕਰਕੇ ਲੋਕਾਂ ਦੇ ਭਾਂਡੇ ਮਾਰ ਕੇ ਜਿਹੜਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਆ, ਅਤੇ ਪਿਛਲੇ 20-25 ਸਾਲਾਂ ਤੋਂ ਇਸ ਘਰ ਵਿੱਚ ਰਹਿ ਰਹੀ ਆ। ਹੁਣ ਗੱਲਬਾਤ ਕਰਾਂਗੇ ਜੋਤੀ ਨਾਲ, ਜਿਹੜੀ ਕਿ ਜਿਸ ਧੀ ਦਾ ਆਨੰਦ ਕਾਰਜ ਆ 16 ਜੂਨ ਨੂੰ। ਜੋਤੀ, ਆਨੰਦ ਕਾਰਜ ਆ ਤੇਰੇ ਵਿਆਹ ਆ ਗਿਆ 16 ਜੂਨ ਨੂੰ, ਪਰ ਕੋਈ ਨਾਨਕੇ ਨਹੀਂ ਪਹੁੰਚੇ, ਕੋਈ ਦਾਦਕੇ ਨਹੀਂ ਪਹੁੰਚੇ, ਕੋਈ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ, ਕੀ ਕਾਰਨ ਕੀ ਆ? ਘਰ ਦੇ ਹਾਲਾਤ ਇਹੋ ਜਿਹੇ ਆ ਕਿ ਕੋਈ ਆਉਣ ਹੀ ਨਹੀਂ ਦਿਆ, ਕੋਈ ਨਹੀਂ ਬਾਂਹ ਫੜਦਾ, ਕੋਈ ਨਹੀਂ ਮਦਦ ਕਰਦਾ ਸਾਡੀ। ਹਾਂਜੀ, ਪਰ ਕੀ ਲੱਗਦਾ ਨਹੀਂ ਵੀ ਔਖੇ ਵੇਲੇ ਸਭ ਰਿਸ਼ਤੇਦਾਰਾਂ ਨੂੰ, ਭੈਣ ਭਰਾ ਨੂੰ ਖੜਨਾ ਚਾਹੀਦਾ ਵਾ? ਅੱਜ ਤੁਹਾਡਾ ਆਨੰਦ ਕਾਰਜ ਆ, ਤੁਹਾਡਾ ਵਿਆਹ ਆਉਣਾ 4 ਦਿਨਾਂ ਬਾਅਦ 16 ਤਰੀਕ ਨੂੰ, ਅਤੇ ਮਨ 'ਚ ਰੀਝਾਂ ਹੁੰਦੀਆਂ ਨੇ
ਵੀ ਵਿਆਹ ਵਾਲੇ ਘਰ 'ਚ ਨਾਨਕੇ ਦਾਦਕੀ ਆਉਣ, ਰੌਣਕ ਮੇਲਾ ਕਰਨ। ਪਰ ਅਸੀਂ ਦੇਖਿਆ ਵੀ ਤੁਸੀਂ ਮਾਵਾਂ ਧੀਆਂ ਅਤੇ ਤੁਹਾਡਾ ਪਿਤਾ ਜੀ ਸੀ, ਤਿੰਨ ਜੀ ਘਰ ਵਿੱਚ ਨੇ, ਚੌਥਾ ਜੀ ਕੋਈ ਨਹੀਂ ਘਰ ਵਿੱਚ ਹੈਗਾ। ਅੱਜ ਵੀ ਘਰ 'ਚ ਉਦਾਸੀ ਲੱਗ ਰਹੀ ਆ, ਨਾ ਤਾਂ ਕੋਈ ਵਿਆਹ ਵਾਲਾ ਰਿਸ਼ਤੇਦਾਰ ਪਹੁੰਚਿਆ ਵਾ, ਨਾ ਹਲਵਾਈ ਪਹੁੰਚੇ, ਨਾ ਕੋਈ ਲੜੀਆ, ਨਾ ਕਲੀ ਕੀਤੀਆਂ, ਕੁਛ ਵੀ ਤਿਆਰੀ ਨਹੀਂ ਹੈਗੀ। ਕਿਸ ਤਰ੍ਹਾਂ ਅਰੇਂਜਮੈਂਟ ਕਰੋਗੇ ਸਾਰਾ? ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਧੀ ਦੇ ਮਨ 'ਚ ਰੀਝਾਂ ਬਹੁਤ ਨੇ, ਪਰ ਧੀ ਜਿਹੜੀ ਆ ਬੋਲ ਨਹੀਂ ਸਕਦੀ, ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨੇ ਕਦੀ ਵੀ ਕਦੇ ਕਿਸੇ ਦਾ ਬਾਬੋਲ ਜਿਹੜਾ ਵਾ ਉਹ ਬੇਬਸ ਨਾ ਆਵੇ, ਕਿਉਂਕਿ ਧੀਆਂ ਜਿਹੜੀਆਂ ਵਾ ਕਹਿੰਦੇ ਵੀ ਕੰਨਿਆਦਾਨ ਮਹਾਂਦਾਨ ਹੁੰਦਾ ਵਾ। ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਇਸ ਧੀ ਦਾ ਆਨੰਦ ਕਾਰਜ 16 ਜੂਨ ਨੂੰ ਆ, 4 ਦਿਨ ਰਹਿ ਗਏ ਨੇ, ਤੁਹਾਡਾ ਸਾਥ ਦੀ ਲੋੜ ਆ। ਕੋਈ ਚਾਚਾ ਬਣ ਕੇ ਆ ਜਾਵੇ, ਕੋਈ ਮਾਮਾ ਬਣ ਕੇ ਆ ਜਾਵੇ, ਅਤੇ ਕੋਈ ਭਰਾ ਬਣ ਕੇ ਅੱਗੇ ਆਵੇ, ਤਾਂ ਜੋ ਕਿਸੇ ਜਿਹੜੇ ਧੀ ਦੇ ਮਨ 'ਚ ਰੀਝਾਂ ਨੇ ਉਹ ਜਿਹੜੀਆਂ ਰੀਝਾਂ ਨੇ ਉਹ ਪੂਰੀਆਂ ਹੋ ਸਕਣ, ਅਤੇ ਇਸਦਾ ਜਿਹੜਾ ਆਨੰਦ ਕਾਰਜ ਆ ਉਹ ਬੜੇ ਵਧੀਆ ਤਰੀਕੇ ਨਾਲ ਹੋ ਸਕੇ। ਕਿਉਂਕਿ ਹਰ ਇੱਕ ਧੀ ਦਾ ਆਨੰਦ ਕਾਰਜ, ਹਰ ਇੱਕ ਧੀ ਦਾ ਚਾਅ ਹੁੰਦਾ ਵੀ ਉਸਦਾ ਜਿਹੜਾ ਵਿਆਹ ਵਾ ਵਧੀਆ ਕਾਰ ਹੋਵੇ, ਉਸਦੇ ਵਿਆਹ 'ਤੇ ਸੋਹਣੀਆਂ ਰੌਣਕਾਂ ਲੱਗਣ, ਰੋਟੀ ਪਾਣੀ ਸੋਹਣਾ ਅਰੇਂਜਮੈਂਟ ਹੋਵੇ, ਅਤੇ ਸੋਹਣੇ ਕੱਪੜੇ ਪਾਏ ਜਾਣ। ਤੁਸੀਂ ਦੇਖ ਸਕਦੇ ਹੋ ਵੀ ਮੇਰੇ ਗਾੜੀ ਜਿਹੜਾ ਇਹ ਛੋਟੀ ਜਿਹੀ ਪੰਡ ਪਈ ਆ, ਇਸ ਵਿੱਚ ਦੋ ਸੂਟ ਨੇ ਇੱਕ ਮੇਕਅਪ ਦੀ ਕਿੱਟ ਆ, ਅਤੇ ਇਸ ਭੈਣ ਦੇ ਜਿਹੜੀ ਇਸ ਧੀ ਦੇ ਜਿਹੜੀ ਇੱਕ ਜੁੱਤੀ ਪਾਉਣ ਵਾਸਤੇ ਪੈਰਾਂ 'ਚ ਇਹ ਆ, ਉਹ ਵੀ ਕਿਸ ਦਾਨੀ ਸੱਜਣਾ ਨੇ ਮਦਦ ਕੀਤੀ ਸੀ ਤਾਂ ਜੋ ਕਿ ਇਸ ਘਰ ਵਿੱਚ ਪਹੁੰਚ ਸਕਿਆ। ਨਹੀਂ ਤਾਂ ਕੋਈ ਤਿਆਰੀ ਨਹੀਂ ਆ, ਕੋਈ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ, ਸਿਰਫ ਤੁਹਾਡੇ ਸਾਥ ਦੀ ਲੋੜ ਆ। 4 ਦਿਨ ਰਹਿ ਗਏ ਨੇ ਸਿਰਫ ਵਿਆਹ ਵਾਸਤੇ, ਦਰਸ਼ਕਾਂ ਨੂੰ ਅਪੀਲ ਆ ਵੱਧ ਤੋਂ ਵੱਧ ਇਸ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਇਸ ਧੀ ਦਾ ਆਨੰਦ ਕਾਰਜ ਹੋ ਸਕੇ ਅਤੇ ਧੀ ਆਪਣੇ ਸਹੁਰੇ ਘਰ ਜਾ ਸਕੇ। ਕਿਉਂਕਿ ਹਰ ਇੱਕ ਬਾਬੋਲ ਦਾ ਹੁੰਦਾ ਵੀ ਉਸਦੀ ਜਿਹੜੀ ਧੀ ਆ ਆਪਣੇ ਘਰ ਖੁਸ਼ੀਆਂ ਦੇ ਨਾਲ ਆਪਣੇ ਜਿਹੜੇ ਆ ਸਹੁਰੇ ਘਰ ਜਾ ਸਕੇ। ਇਸ ਕਰਕੇ ਹਮੇਸ਼ਾ ਕਹਿ ਜਾਂਦਾ ਵੀ ਧੀਆਂ ਜਿਹੜੀਆਂ ਬਗਾਨਾ ਧਨ ਹੁੰਦੀਆਂ ਨੇ, ਅਤੇ ਮਾਂ ਬਾਪ 'ਤੇ ਹਮੇਸ਼ਾ ਸਿਰ 'ਤੇ ਬੋਝ ਹੁੰਦਾ ਵੀ ਆਪਣੀ ਜਿਹੜਾ ਧੀ ਦਾ ਸਮੇਂ ਸਿਰ ਆਨੰਦ ਕਾਰਜ ਕਰਕੇ ਉਸ ਨੂੰ ਆਪਣੇ ਸਹੁਰੇ ਘਰ ਪਹੁੰਚਾਇਆ ਜਾਵੇ। ਅਤੇ ਹੁਣ ਗੱਲਬਾਤ ਕਰਾਂਗੇ ਉਸ ਸ਼ਖਸ ਦੇ ਨਾਲ ਜਿਹੜੇ ਸ਼ਖਸ ਨੇ ਸਾਡੀ ਟੀਮ ਨੂੰ ਉਸ ਪਰਿਵਾਰ ਦੇ ਨਾਲ ਬੁਲਾਇਆ ਵਾ, ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਕੇ ਅਤੇ ਪਰਿਵਾਰ ਦੇ ਕੀ ਹਾਲਾਤ ਨੇ? ਅਸੀਂ ਦੇਖਿਆ ਵੀ ਹਾਲਾਤ ਕੋਈ ਐਡੇ ਵਧੀਆ ਨਹੀਂ ਨੇ, ਬਹੁਤ ਗਰੀਬੀ ਦੇ ਨਾਲ ਨਾਲ ਬਿਮਾਰੀ ਵੀ ਘਰ ਵਿੱਚ ਇਸ ਵਿੱਚ ਹੈਗੀ ਆ, ਅਤੇ ਮੰਦਾ ਹਾਲੀ ਜ਼ਿੰਦਗੀ ਬਤੀਤ ਕਰ ਰਹੇ ਨੇ। ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ। ਮੇਰਾ ਨਾਮ ਗੁਰਬੀਰ ਸਿੰਘ ਆ, ਅੰਮ੍ਰਿਤਸਰ ਤੋਂ, ਪਿੰਡ ਸੁਲਤਾਨਵਿੰਡ, ਲੱਖਾ ਸਿੰਘ ਪਲਾਟ, ਗਲੀ ਨੰਬਰ 1 'ਚ ਬਲਵਿੰਦਰ ਸਿੰਘ ਹੁਣੀ ਰਹਿੰਦੇ ਆ। ਠੀਕ ਆ ਜੀ, ਇਹਨਾਂ ਦੇ ਇਹੋ ਜਿਹੇ ਹਾਲਾਤ ਆ ਜੀ, ਇਹਨਾਂ ਦੀ ਬੇਟੀ ਦਾ ਵਿਆਹ ਵਾ, 3-4 ਦਿਨ ਪਹਿਲਾਂ ਸਾਡੇ ਘਰ ਆਏ ਸੀ, ਕਹਿੰਦੇ ਸਾਡੀ ਬੇਟੀ ਦਾ ਵਿਆਹ ਵਾ ਅਤੇ ਅਸੀਂ ਆਨੰਦ ਕਾਰਜ ਕਰਨੇ ਆ। ਅਤੇ ਫਿਰ ਮੈਂ ਕਿਹਾ ਕੋਈ ਪ੍ਰਬੰਧ? ਕਹਿੰਦੇ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਪੈਸਿਆਂ ਦਾ, ਅਸੀਂ ਬਾਬੇ ਕੋਲ ਗਏ ਸੀ ਅਤੇ ਬਾਬੇ ਨੇ ਸਾਡੀ ਸੁਣੀ ਨਹੀਂ ਆ। ਫਿਰ ਅਸੀਂ ਬਾਬੇ ਕੋਲ ਗਏ ਅਤੇ ਬਾਬੇ ਨੂੰ ਅਸੀਂ ਦੱਸਿਆ, ਵਧੀਆ ਗ੍ਰੰਥੀ, ਬਹੁਤ ਵਧੀਆ ਮਦਦ ਕਰਨ ਵਾਲੇ ਬਲਵਿੰਦਰ ਸਿੰਘ, ਉਹ ਦਰਬਾਰ ਸਾਹਿਬ ਡਿਊਟੀ ਵੀ ਕਰਦੇ। ਉਹਨਾਂ ਨੇ ਫਿਰ ਕਿਹਾ ਮੈਂ ਇਹਨਾਂ ਦੀ ਜਿੰਨੀ ਮਦਦ ਹੋਊਗੀ ਕਰੂੰਗਾ, ਅਤੇ ਫੇਰੇ ਮੈਂ ਕਰਾ ਦੂੰਗਾ, ਫੇਰੇ ਫ੍ਰੀ ਕਰਾ ਦੂੰਗਾ, ਰਮਾਲਾ ਸਾਹਿਬ ਵੀ ਲਿਆ ਦੂੰਗਾ। ਅਸੀਂ ਕਿਹਾ ਚਲੋ ਠੀਕ ਆ। ਅਤੇ ਇੱਕ ਉਹ ਜਦੋਂ ਇਹਨਾਂ ਨੇ ਮੈਂ ਪੁੱਛਿਆ, ਕਹਿੰਦੇ ਮੈਂ ਕਿਹਾ ਬਰਾਤ ਫਿਰ ਕਿੰਨੇ ਕੁ ਬੰਦੇ ਹੋਣੇ? ਕਹਿੰਦੇ 40-50 ਬੰਦੇ ਹੋਣੇ ਸਾਡੇ ਘਰ, ਅਤੇ 10-15 ਸਾਡੇ ਵੀ ਹੋ ਜਾਣੇ ਆ, ਅਤੇ ਬਰਾਤ ਉਹ ਕਹਿੰਦੇ ਅਸੀਂ ਲੈ ਕੇ ਆਉਣੀ ਹੈ। ਅਤੇ ਇਹਨਾਂ ਕੋਲ ਨਾ ਕੋਈ ਬਰਾਤ ਲਈ ਚਾਹ ਪਾਣੀ, ਕੋਈ ਰੋਟੀ, ਮੈਂ ਕੁਛ ਪ੍ਰਬੰਧ ਨਹੀਂ ਹੈਗਾ। ਇਹਨਾਂ ਦੇ ਜੋ ਹਾਲਾਤ ਆ ਤੁਸੀਂ ਖੁਦ ਦੇਖ ਰਹੇ ਹੋ, ਇਸ ਲਈ ਮੈਂ ਮੀਡੀਆ ਨੂੰ ਕੀਤਾ ਵੀ ਤੁਸੀਂ ਇਹਨਾਂ ਦੀ ਬਾਂਹ ਫੜੋ। ਫਿਰ ਕੁਛ ਕੁ ਬੰਦੇ, ਇੱਕ ਬੰਦੇ ਦਾ ਸਿਰੇ ਫੋਨ ਆਇਆ ਵੀ ਥੋੜ੍ਹਾ ਪਤਾ ਨਹੀਂ ਤੁਹਾਨੂੰ ਸੌਦਾ ਲੈ ਦਿੰਦੇ ਹਾਂ, ਉਹਦੇ ਵਾਸਤੇ ਇਹਨਾਂ ਨੂੰ ਮੈਂ ਲਿਖ ਕੇ ਚੱਲਿਆ ਵਾ ਸੌਦਾ ਲੈਣ ਵਾਸਤੇ। ਵੀ ਭਾਈ ਸਾਹਿਬ ਸ਼ੁਰੂ ਤੋਂ ਇਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜਾਂ ਹੁਣ ਹੋਏ ਨੇ, ਅਸੀਂ ਦੇਖਿਆ ਵੀ ਵਿਆਹ ਵਾਲਾ ਘਰ ਤਾਂ ਦੂਰੋਂ ਹੀ ਪਛਾਣ ਲੈਂਦਾ ਪਿੰਡ 'ਚੋਂ ਵੀ ਫਲਾਣੇ ਘਰ ਵਿਆਹ ਵਾ, ਅਤੇ ਵਿਆਹ ਲਈ ਰੌਣਕਾਂ ਲੱਗੀਆਂ ਹੁੰਦੀਆਂ ਨੇ, ਰਿਸ਼ਤੇਦਾਰ ਨਾਨਕੇ ਦਾਦਕੇ ਆਏ ਹੁੰਦੇ ਨੇ, ਚਾਚੇ ਮਾਮੇ ਹੁੰਦੇ ਨੇ, ਭੈਣ ਭਰਾ ਹੁੰਦੇ ਨੇ, ਪਰ ਇੱਥੇ ਕੋਈ ਵੀ ਨਹੀਂ ਆ। ਅਸੀਂ ਦੇਖਿਆ ਸੀ 4 ਦਿਨ ਵਿਆਹ 'ਚ ਰਹਿ ਗਏ ਨੇ, ਅਤੇ ਜਿਹੜਾ ਪਰਿਵਾਰ ਆ ਬਾਰ ਬਾਰ ਝਾਤੀ ਮਾਰ ਰਿਹਾ ਵੀ ਕਦੋਂ ਕੋਈ ਰਿਸ਼ਤੇਦਾਰ, ਕਦੋਂ ਕੋਈ ਭੈਣ ਭਰਾ ਨੇ ਘਰ ਆਵੇ ਅਤੇ ਵਿਆਹ ਵਾਲਾ ਘਰ ਲੱਗੇ। ਨਾ ਕੋਈ ਹਲਵਾਈ ਲੱਗੇ ਨੇ, ਨਾ ਇੱਥੇ ਕੋਈ ਕਲੀਆਂ ਹੋਈਆਂ ਨੇ, ਨਾ ਹੀ ਲੜੀਆਂ ਲੱਗੀਆਂ ਨੇ। ਕਿਸ ਤਰ੍ਹਾਂ ਦੇਖਦੇ ਸਾਨੂੰ? ਮੈਂ ਇੱਦਾਂ ਵੇਖਦਾ ਜੀ, ਇਹ ਜਿਹੜਾ ਬਲਵਿੰਦਰ ਸਿੰਘ ਹੋਣੀ ਨਾ, ਪਹਿਲੇ ਪੱਲੇਦਾਰੀ ਦੀ ਠੇਕੇਦਾਰੀ ਕਰਦੇ ਹੁੰਦੇ ਸੀ, ਅਤੇ ਇਹਨਾਂ ਦੇ ਭਰਾ ਸੀ, ਦੋਵੇਂ ਨਾਲ ਕੰਮ ਕਰਦੇ ਸੀ। ਉਹ ਬਾਅਦ 'ਚ ਇੱਦਾਂ ਹੋ ਗਿਆ ਜੀ, ਉਹ ਨਸ਼ੇ 'ਤੇ ਲੱਗ ਗਏ,
ਅਤੇ ਉਹਨਾਂ ਨੂੰ ਇਹ ਸਾਂਭਦੇ ਰਹਿ ਕਿ ਉੱਥੇ ਪੈਸੇ ਇਹਨਾਂ ਦੀ ਮਾਤਾ ਬਿਮਾਰ ਹੋ ਗਈ ਤਾਂ ਵਿਕ ਗਿਆ, ਕਰਜ਼ੇ ਥੱਲੇ ਆ ਗਏ। ਇਹਨਾਂ ਦੀ ਮਿਸਿਜ ਆ, ਇਹ ਘਰਾਂ ਦਾ ਕੰਮ ਕਰਕੇ ਅਤੇ ਘਰ ਦਾ ਗੁਜ਼ਾਰਾ ਕਰਦੀ ਆ, ਅਤੇ ਕਿਸੇ ਵੇਲੇ ਤਾਂ ਇਹਨਾਂ ਕੋਲ ਰੋਟੀ ਲਈ ਸਬਜ਼ੀ ਵੀ ਨਹੀਂ ਹੁੰਦੀ, ਕਿਉਂਕਿ ਇਹ ਕੰਮ 'ਤੇ ਨਹੀਂ ਜਾਂਦੇ, ਇਹ ਮਾਵਾਂ ਦੀਆਂ ਜਿੰਨਾ ਲਿਆਉਂਦੀ ਉਹਦੇ ਨਾਲ ਗੁਜ਼ਾਰਾ ਚੱਲਦਾ, ਅਤੇ ਇਸ ਕਰਕੇ ਇਹਨਾਂ ਦੇ ਕੋਲ ਘਰ ਦੇ ਵਿੱਚ ਕੁਛ ਨਹੀਂ ਬਣਾਇਆ ਗਿਆ। ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ, ਕੀ ਅਪੀਲ ਕਰਨਾ ਚਾਹੋ ਸੰਗਤਾਂ ਨੂੰ? ਸੰਗਤ ਨੂੰ ਇਹੋ ਅਪੀਲ ਕਰਦਾ ਜੀ, ਗੁਰਸਿੱਖ ਪਰਿਵਾਰ ਆ, ਠੀਕ ਆ ਜੀ, ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਇਹਦੇ ਕਰਕੇ ਵੀ ਇਹਨਾਂ ਦੀ ਬਾਂਹ ਫੜੀ ਜਾਵੇ, ਇਹਨਾਂ ਦੀ ਬੇਟੀ ਦਾ ਵਧੀਆ ਵਿਆਹ ਹੋਵੇ, ਅਤੇ ਜਿਹਦੀ ਧੀ ਸੁਖੀ ਤਾਂ ਉਹਦਾ ਜੱਗ ਸੁਖੀ, ਤੁਹਾਨੂੰ ਵੀ ਪਤਾ ਜੀ, ਅਤੇ ਇਹਨਾਂ ਦੀ ਧੀ ਚੰਗੀ ਨਾਲ ਵਿਆਹ ਨਾਲ ਜਾਊਗੀ, ਤੁਹਾਨੂੰ ਗਾੜੀ ਸੋਭਾ ਮਿਲੂਗੀ, ਤੇਰੇ ਮਾਂ ਪਿਓ ਨੇ ਵਧੀਆ ਵਿਆਹ ਕੀਤਾ। ਧੰਨਵਾਦ ਜੀ। ਸਾਡੀ ਦਰਸ਼ਕਾਂ ਨੂੰ ਅਪੀਲ ਹੈ, ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਪਰਿਵਾਰ ਦੇ ਨਾਲ ਮਦਦ ਵਾਸਤੇ ਜਿਹੜੇ ਹੱਥ ਗਾੜੀ ਆਏ ਨੇ, ਅਤੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਸਾਰ ਲਈ ਜਾਵੇ। ਅਤੇ ਹੁਣ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਪਿਤਾ ਨੇ ਲੜਕੀ ਦੇ। ਬਲਵਿੰਦਰ ਸਿੰਘ ਜੀ, ਵਿਆਹ 4 ਦਿਨ ਰਹਿ ਗਏ ਨੇ ਵਿਆਹ ਨੂੰ, 16 ਜੂਨ ਨੂੰ ਵਿਆਹ ਨੇ, ਪਰ ਅਜੇ ਤੱਕ ਕੋਈ ਤਿਆਰੀਆਂ ਨਹੀਂ ਕੀਤੀਆਂ, ਕਿਸ ਤਰ੍ਹਾਂ ਤਿਆਰੀ ਕਰੋਗੇ ਵਿਆਹ ਦੀਆਂ? ਕੋਈ ਤਿਆਰੀ ਤਿਉਰੀ ਨਹੀਂ ਅਜੇ, ਠੀਕ ਹੈ ਜੀ, ਤੁਸੀਂ ਕਰਨਾ ਜੋ ਕਰਨਾ ਮਹਾਰਾਜ ਜੀ, ਸਾਡੀ ਵੱਧ ਤੋਂ ਵੱਧ ਸੰਗਤ ਜਿਹਨੇ ਹਰੀ ਮਤ ਕਰ ਸਕਦੇ ਜੋ। ਹਾਂਜੀ, ਅਤੇ ਮੈਨੂੰ ਦੱਸੋ ਵੀ ਤੁਸੀਂ ਪਿਤਾ ਜੇ ਮਨ 'ਚ ਬਹੁਤ ਰੀਝਾਂ ਹੁੰਦੀਆਂ ਨੇ ਪਿਤਾ ਦੇ ਵੀ ਉਹਦਾ ਧੀ ਦਾ ਆਨੰਦ ਕਾਰਜ ਵਧੀਆ ਹੋਵੇ, ਵਧੀਆ ਵਿਆਹ ਹੋਵੇ, ਜਵਾਈ ਭਾਈ ਜਿਹੜਾ ਵਾ ਵਧੀਆ ਆਵੇ, ਰੋਟੀ ਪਾਣੀ ਦਾ ਅਰੇਂਜਮੈਂਟ ਕਰਨਾ ਹੁੰਦਾ, ਹੋਰ ਬੜੀਆਂ ਅਰੇਂਜਮੈਂਟ ਹੁੰਦੀਆਂ ਨੇ, ਬੜੀਆਂ ਤਿਆਰੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਸਾਰੀਆਂ ਤਿਆਰੀਆਂ ਕਰੋਗੇ ਸਾਰੀਆਂ? ਤਿਆਰੀਆਂ ਤੁਸੀਂ ਕਹਿਣਾ ਭੈਣ ਭਰਾਵਾਂ ਨੇ ਕਰਨਾ ਸਾਰਿਆਂ ਨੇ, ਸੰਗਤ ਨੇ ਕਰਨਾ, ਸੰਗਤ ਦੇ ਨਾਲ ਚੁਰਾਂਗੇ, ਫੀਲ ਕਰਾਂਗੇ, ਜਿੰਨੇ ਚੰਗੇ ਸਾਡੀ ਮਤ ਕਰੋ, ਜਿੰਨੇ ਯੋਗੇ ਹੈਗੇ। ਬਲਵਿੰਦਰ ਕੌਰ, ਬਲਵਿੰਦਰ ਸਿੰਘ ਜੀ, ਮੈਨੂੰ ਦੱਸੋ ਵੀ ਘਰ ਦੇ ਹਾਲਾਤ ਬੜੇ ਮਾੜੇ ਨੇ, ਘਰ 'ਚ ਗਰੀਬੀ ਬੜੀ ਆ, ਜਿਹੜਾ ਅਸੀਂ ਜਿਸ ਕਮਰੇ 'ਚ ਬੈਠੇ ਹਾਂ 10x10 ਦਾ ਕਮਰਾ ਹੈ, ਅਤੇ ਜਿਹੜਾ ਸੜਕ ਦੇ ਨਾਲੋਂ ਸਿਰਫ 10 ਫੁੱਟ ਨੀਵਾਂ ਹੋ ਗਿਆ, ਇੰਨੀ ਗਰੀਬੀ ਦੇ ਕਿਉਂ ਹਾਲਾਤ ਮਾੜੇ ਨੇ? ਇੰਨੇ ਸ਼ੁਰੂ ਤੋਂ ਹਾਲਾਤ ਮਾੜੇ ਕਿ ਜਾਂ ਹੁਣ ਹੋਏ ਨੇ? ਨਹੀਂ, ਪਹਿਲਾਂ ਤੋਂ ਹਾਲਾਤ ਮਾੜੇ, ਪਹਿਲਾਂ ਆਪਣੇ ਭਰਾ ਨੂੰ ਸਾਂਭਦਾ ਰਿਹਾ, ਨਸ਼ੇ ਕਰਦੇ ਰਹੇ, ਮਾਂ ਆਪਣੀ ਨੂੰ ਸਾਂਭਦਾ ਰਿਹਾ, ਆਪਣੇ ਡੈਡੀ ਨੂੰ ਸਾਂਭਿਆ ਰਿਹਾ, ਮੈਂ ਸੇਵਾ ਕਰਦਾ ਵੱਧ ਤੋਂ ਵੱਧ ਕਰ, ਉਹਨੇ ਆਪਣੀ ਹੱਥੀ ਉਹਨਾਂ ਨੇ ਵੱਡੇ ਕੀਤਾ ਸਾਰਾ ਕੁਝ, ਜਿੰਨੇ ਯੋਗਾ ਕੀਤਾ, 2 ਭਰਾ ਮੇਰੇ ਪੂਰੇ ਹੋ ਗਏ, ਨਸ਼ਿਆਂ ਨਾਲ ਹੋ ਗਏ, ਉਹਨਾਂ ਜਗ੍ਹਾ ਜੁਗਾ ਆਪਣੀ ਵੇਚਤੀ ਨਸ਼ਿਆਂ ਨਾਲ, ਇਹਨਾਂ ਦੇ ਕਰਕੇ ਫਿਰ ਮੈਂ ਟੈਨਸ਼ਨ ਨਾਲ ਬਿਮਾਰ ਹੋ ਗਿਆ। ਹਾਂਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਬਲਵਿੰਦਰ ਸਿੰਘ ਨੇ ਪਹਿਲਾਂ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ, ਅਤੇ ਉਸ ਤੋਂ ਬਾਅਦ ਦੋਵਾਂ ਭਰਾਵਾਂ ਦੀ ਸੇਵਾ ਕੀਤੀ, ਜਿਹੜੇ ਕਿ ਦੋਵੇਂ ਭਰਾ ਨਸ਼ੇ ਦੀ ਦਲਦਲ ਵਿੱਚ ਪਏ ਸੀ, ਅਤੇ ਨਸ਼ੇ ਦੀ ਦਲਦਲ ਦੇ ਨਾਲ ਇਹਨਾਂ ਦਾ ਜਿਹੜਾ ਅੱਧਾ ਜਿਹੜਾ ਘਰ ਵੀ ਵਿਕ ਗਿਆ ਵਾ, ਤੁਸੀਂ ਦੇਖ ਸਕਦੇ ਹੋ ਵੀ 1,00,000 ਰੁਪਏ ਦੇ ਵਿੱਚ ਇਹਨਾਂ ਦਾ ਕਹਿਣਾ ਵੀ ਪੱਲੇ ਬੰਨੇ ਜਿਹੜਾ ਘਰ ਸੀ ਉਹ ਵਿਕ ਗਿਆ, ਅਤੇ ਬਲਵਿੰਦਰ ਸਿੰਘ ਦਾ ਬੜਾ ਹਸਤਾ ਵਜਦਾ ਪਰਿਵਾਰ ਸੀ, ਪਰ ਨਸ਼ੇ ਦੀ ਅਜਿਹੀ ਇੱਕ ਦਲਦਲ ਦੀ ਇਸੇ ਦੋਵੇਂ ਭਰਾ ਜਿਹੜੇ ਫਸ ਗਏ ਨੇ, ਅਤੇ ਦੋਵਾਂ ਦੀ ਮੌਤ ਹੋ ਚੁੱਕੀ ਆ, ਅਤੇ ਬਲਵਿੰਦਰ ਸਿੰਘ ਨੇ ਪਰਿਵਾਰ ਦੀ ਬਹੁਤ ਮਦਦ ਕੀਤੀ ਆ, ਪਰਿਵਾਰ ਦੇ ਨਾਲ ਸਹਾਤ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਆ ਮਦਦ ਕੀਤੀ ਆ, ਪਹਿਲਾਂ ਮਾਤਾ ਪਿਤਾ ਸੇਵਾ ਕਰਦਾ ਰਿਹਾ ਆਪੇ ਭਰਾਵਾਂ ਦੀ, ਇਸ ਕਰਕੇ ਬਲਵਿੰਦਰ ਸਿੰਘ ਦੇ ਜਿਹੜੇ ਹਾਲਾਤ ਅੱਜ ਮਾੜੇ ਨੇ। ਸਾਡੀ ਸੰਗਤਾਂ ਨੂੰ ਅਪੀਲ ਆ ਵੀ ਜਿਹੜੀ ਇਹ ਬਲਵਿੰਦਰ ਸਿੰਘ ਦੀ ਜਿਹੜੀ ਧੀ ਹੈ, ਇਹ ਸਾਡੀ ਵੀ ਧੀ ਹੈ, ਤੁਹਾਡੀ ਵੀ ਧੀ ਆ, ਇਸ ਕਰਕੇ ਇਸ ਧੀ ਦਾ ਆਨੰਦ ਕਾਰਜ ਆ, ਵੱਧ ਤੋਂ ਵੱਧ ਮਦਦ ਜ਼ਰੂਰ ਕਰਿਓ, ਤਾਂ ਜੋ ਕਿ ਇਸ ਘਰ ਵਿੱਚ ਰੌਣਕਾਂ ਲੱਗ ਸਕਣ, ਇਸ ਘਰ ਵਿੱਚ ਵਿਆਹ ਵਾਲਾ ਮਾਹੌਲ ਹੋ ਸਕੇ। 16 ਜੂਨ ਨੂੰ ਵਿਆਹ ਵਾ, ਮੈਂ ਐਡਰੈਸ ਜ਼ਰੂਰ ਦੱਸ ਦਾਂਗਾ, ਐਡਰੈਸ ਜਿਹੜਾ ਵਾ ਸੁਲਤਾਨਵਿੰਡ ਰੋਡ, ਜਿਹੜਾ ਇੱਥੋਂ ਦਾ ਐਡਰੈਸ ਆ, ਅਤੇ ਲੱਖਾ ਸਿੰਘ ਪਲਾਟਾਂ ਵਾਲਾ ਜਿਹੜਾ ਸੁਲਤਾਨਵਿੰਡ ਪਿੰਡ ਆ, ਅਤੇ ਲੱਖਾ ਸਿੰਘ ਪਲਾਟਾ 1 ਨੰਬਰ ਗਲੀ ਦਾ ਰਹਿਣ ਵਾਲੇ ਨੇ ਬਲਵਿੰਦਰ ਸਿੰਘ, ਕਿਸੇ ਨੂੰ ਪੁੱਛ ਲਓ ਵਿਆਹ ਵਾਲਾ ਜਿੱਥੇ ਘਰ ਹੋਊਗਾ, ਜੋਤੀ ਨਾਂ ਇਸ ਧੀ ਦਾ, ਅਤੇ ਵੱਧ ਤੋਂ ਵੱਧ ਮਦਦ ਕਰਿਓ, ਤਾਂ ਜੋ ਕਿ ਜਿਹੜਾ ਆਨੰਦ ਕਾਰਜ ਇਸ ਧੀ ਦਾ ਹੋ ਸਕਣ, ਅਤੇ ਜਿਹੜੇ ਸੁਪਨੇ ਨੇ ਬਲਵਿੰਦਰ ਸਿੰਘ ਦੇ ਆਪਣੀ ਧੀ ਨੂੰ ਖੁਸ਼ੀ ਖੁਸ਼ੀ ਆਪਣੇ ਸਹੁਰੇ ਘਰ ਭੇਜਣ ਦੇ, ਉਹ ਸੁਪਨੇ ਜਿਹੜੇ ਪੂਰੇ ਹੋ ਸਕਣ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।